ਅਦਾਕਾਰੀ ਨਹੀਂ ਕਰਦਾ, ਮੈਂ ਕਿਰਦਾਰਾਂ ਨੂੰ ਜਿਉਂਦਾ ਕਰਦਾ ਹਾਂ। ਅਤੇ ਅਜਿਹੇ ਕਈ ਕਿਰਦਾਰ ਮੈਂ ਜਿਉਂਦੇ ਕੀਤੇ ਨੇ ਅਤੇ ਉਹ ਤਦੀ ਜਿਉਂਦੇ ਨੇ ਜੋ ਤੁਹਾਡੇ ਜ਼ਿਹਨ ਵਿੱਚ ਵੀ ਜਿਉਂਦੇ ਨੇ। ਸਾਡੇ ਨਾਲ ਰਾਕੇਸ਼ ਬੇਦੀ ਸਾਹਿਬ ਨੇ। ਸਰ ਜੀ ਆਇਆਂ ਨੂੰ ਕੀ ਹਾਲ? ਹੈਲੋ ਜੀ, ਹੈਲੋ, ਕੀ ਹਾਲ ਚਾਲ ਹੈ? ਹੈਲੋ ਜੀ ਸਰ, ਪਹਿਲਾਂ ਤਾਂ ਇਸ ਜਿਹੜੀ ਹੈ ਵਾਲ ਹੈ ਆਪਣੇ ਆਪ ਵਿੱਚ ਬੜਾ ਕੁਝ ਬਿਆਨ ਵੀ ਕਰ ਰਹੀ ਹੈ, ਬਿਲਕੁਲ, ਅਤੇ ਬਹੁਤ ਸਾਰੀ ਯਾਦਾਂ ਵੀ ਤਾਜ਼ਾ ਕਰ ਰਹੀ ਹੋਵੇਗੀ। ਹਾਂਜੀ ਬਿਲਕੁਲ, ਦ ਗ੍ਰੇਟ 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 ਟੈਗੋਰ ਦੇ ਸਾਹਮਣੇ ਮੈਂ ਖੜਾ ਹੋਇਆ ਔਰ ਟੈਗੋਰ ਥੀਏਟਰ ਥੀਏਟਰ ਦਾ ਨਾਂ ਹੈ ਚੰਡੀਗੜ੍ਹ ਵਿੱਚ। ਅਕਸਰ ਇਹ ਫਿਕਰਾ ਜਿਹੜਾ ਸੁਣਨ ਨੂੰ ਮਿਲਦਾ ਹੈ ਕਿ ਤੁਸੀਂ ਥੀਏਟਰ ਵਾਲੀ ਐਕਟਿੰਗ ਕਰ ਰਹੇ ਹੋ ਜਾਂ ਟੀ ਵੀ 'ਤੇ ਇਹੋ ਜਿਹੀ ਐਕਟਿੰਗ ਜਾਂ ਕੈਮਰੇ ਦੇ ਸਾਹਮਣੇ ਅਜਿਹੀ ਐਕਟਿੰਗ ਨਹੀਂ ਚੱਲਦੀ। ਤੁਸੀਂ ਥੀਏਟਰ ਵੀ ਕੀਤਾ, ਟੈਲੀਵਿਜ਼ਨ ਵੀ ਕੀਤਾ ਅਤੇ ਫਿਲਮਾਂ ਦੇ ਵਿੱਚ ਵੀ ਬਾਖੂਬੀ ਤੁਸੀਂ ਕੰਮ ਕੀਤਾ, ਉਹ ਡਿਫਰੈਂਸ ਤੁਸੀਂ ਆਪਣੇ ਵਿੱਚ ਜਾਂ ਆਪਣੀ ਅਦਾਇਗੀ ਦੇ ਵਿੱਚ ਫੀਲ ਕੀਤਾ? ਨਹੀਂ ਦੇਖੋ, ਥੀਏਟਰ ਵਾਲੀ ਐਕਟਿੰਗ ਇੱਕ ਮੁਹਾਵਰਾ ਬਣਿਆ ਹੋਇਆ, ਮਤਲਬ ਇੱਕ ਕਹਿਣ ਵਾਸਤੇ ਗੱਲ ਬਣੀ ਹੋਈ ਹੈ। ਦੈਟ ਮੀਨਸ ਕਿ ਵੈਨ ਯੂ ਨੋ ਤੁਸੀਂ ਜ਼ਿਆਦਾ ਹਿਸਟੋਨਿਕਸ ਕਰਦੇ ਹੋ ਰੀਅਲ ਲਾਈਫ ਦੇ ਵਿੱਚ, ਜ਼ਿਆਦਾ ਤੁਸੀਂ ਹਰ ਚੀਜ਼ ਨੂੰ ਐਮਫਸਾਈਜ਼ ਕਰਕੇ ਗੱਲ ਕਰਦੇ ਹੋ, ਹਰ ਗੱਲ ਨੂੰ ਸਟ੍ਰੈਸ ਕਰਦੇ ਹੋ, ਕਿਉਂਕਿ ਥੀਏਟਰ ਦੀ ਰਿਕੁਆਇਰਮੈਂਟ ਹੈ ਕਿ ਥੋੜ੍ਹੀ ਜਿਹੀ ਸਪੀਚ ਤੁਹਾਡੀ ਅੱਛੀ ਹੋਣੀ ਚਾਹੀਦੀ ਹੈ, ਥਰੋ ਬੜਾ ਅੱਛਾ ਹੋਣਾ ਚਾਹੀਦਾ। ਲੇਕਿਨ ਜਿੱਥੋਂ ਦਾ ਐਕਟਿੰਗ ਦਾ ਤਾਲੁਕ ਹੈ, ਮੇਰਾ ਖਿਆਲ ਸਿਨੇਮਾ ਹੋਏ ਜਾਂ ਫਿਲਮ ਹੋਏ ਜਾਂ ਥੀਏਟਰ ਹੋਏ, ਐਕਟਰ ਦੀ ਐਕਟਿੰਗ ਦੀ ਪ੍ਰਿਪਰੇਸ਼ਨ ਆਲਮੋਸਟ ਸੇਮ ਹੁੰਦੀ ਹੈ। ਪਰ ਰੰਗਮੰਚ ਕਹਿੰਦੇ ਕਲਾਕਾਰ ਨੂੰ ਜੇ ਜਿਉਂਦਾ ਕਰਨਾ ਹੋਵੇ, ਤੁਸੀਂ ਕਿਰਦਾਰ ਜਿਉਂਦੇ ਕਰਦੇ ਹੋ ਰੰਗਮੰਚ ਦੇ ਜ਼ਰੀਏ, ਪਰ ਰੰਗਮੰਚ ਇੱਕ ਕਲਾਕਾਰ ਨੂੰ ਜਿਉਂਦਾ ਕਰਦਾ ਹੈ। ਬਿਲਕੁਲ ਜੀ, ਕਿੱਥੋਂ ਤੱਕ ਸਹਿਮਤ? ਬਿਲਕੁਲ 100%, ਕਿਉਂਕਿ ਮੈਂ ਸਮਝਦਾ ਕਿ ਅਗਰ ਜੋ ਵੀ ਅਗਰ ਕੋਈ ਕਲਾਕਾਰ ਰੰਗਮੰਚ ਨਹੀਂ ਕਰਦਾ ਤਾਂ ਉਹਨੇ ਆਪਣੀ ਜ਼ਿੰਦਗੀ ਨੂੰ ਪੂਰਾ ਨਹੀਂ ਕੀਤਾ, ਪੂਰੀ ਤਰ੍ਹਾਂ ਜੀਆ ਨਹੀਂ ਆਪਣੀ ਜ਼ਿੰਦਗੀ। ਅਗਰ ਉਹ ਕਿੰਨਾ ਵੀ ਵੱਡਾ ਕਲਾਕਾਰ ਹੋਏ, ਅਗਰ ਉਸਨੇ ਰੰਗਮੰਚ ਨਹੀਂ ਕੀਤਾ, ਦੈਟ ਮੀਨਸ ਉਹਨੇ ਬਹੁਤ ਵੱਡੀ ਇੱਕ ਚੀਜ਼ ਆਪਣੀ ਲਾਈਫ 'ਚ ਮਿਸ ਕੀਤੀ ਹੈ। ਇਸ ਤਰ੍ਹਾਂ ਦਾ ਜੇ ਲਾਸਟ ਓਵਰ ਦੀ ਗੱਲ ਕਰੀਏ ਤਾਂ ਕਲਾਕਾਰ ਲਈ ਹਰ ਭਾਵੇਂ ਉਹ ਫਿਲਮ ਹੋਵੇ ਜਾਂ ਉਹਦਾ ਕੋਈ ਨਾਟਕ ਹੋਵੇ, ਉਹ ਇੱਕ ਲਾਸਟ ਓਵਰ ਦੀ ਤਰ੍ਹਾਂ ਹੁੰਦਾ ਹੈ ਕਿ ਡੂ ਆਰ ਡਾਈ। ਹਾਂ ਬਿਲਕੁਲ ਬਿਲਕੁਲ, ਅਤੇ ਇਹ ਜਿਹੜਾ ਨਾਟਕ ਆਪਣੇ ਆਪ ਵਿੱਚ ਕਾਮੇਡੀ ਤਾਂ ਹੈ ਹੀ, ਪਰ ਇੱਕ ਕਿਤੇ ਨਾ ਕਿਤੇ ਇੱਕ ਸੁਨੇਹਾ ਵੀ ਦਿੰਦਾ ਜੀ ਕਿ ਜ਼ਿੰਦਗੀ ਨੂੰ ਵੀ ਹਰ ਦਿਨ ਨੂੰ ਇੱਕ ਲਾਸਟ ਓਵਰ ਦੀ ਤਰ੍ਹਾਂ ਜਿਉਣਾ ਚਾਹੀਦਾ। ਉਹ ਤਾਂ ਹੈ ਹੀ ਹੈ, ਲੇਕਿਨ ਇਸਦਾ ਸੁਨੇਹਾ ਜਿਹੜਾ ਹੈਗਾ ਉਹ ਇੱਕ ਹੋਰ ਵੀ ਹੈ ਮੈਸੇਜ ਜਿਹੜਾ ਇਸ ਉਹ ਨਾਟਕ ਤੋਂ ਨਿਕਲਦਾ ਹੈ। ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਮਿਊਜ਼ਿਕ ਦੀ ਸੰਗੀਤ ਦੀ ਕੋਈ ਲੈਂਗੁਏਜ ਨਹੀਂ ਹੁੰਦੀ, ਉਹਦਾ ਕੋਈ ਮੁਲਕ ਨਹੀਂ ਹੁੰਦਾ, ਉਹਦੀ ਕੋਈ ਸਰਹੱਦ ਨਹੀਂ ਹੁੰਦੀ। ਤੁਸੀਂ ਅੱਛਾ ਗਾਣਾ ਅਗਰ ਸੁਣਦੇ ਹੋ ਕਿਸੇ ਦੂਸਰੇ ਮੁਲਕ ਦੇ ਸਿੰਗਰ ਦਾ, ਤੁਸੀਂ ਅੱਛਾ ਗਾਣਾ ਤੁਸੀਂ ਪੂਰਾ ਸੁਣਦੇ ਹੋ। ਇਸੇ ਤਰ੍ਹਾਂ ਦਾ ਸਪੋਰਟ ਜਾਂ ਸਪੋਰਟ ਹੈ ਖੇਲ, ਉਹਦੀ ਵੀ ਕੋਈ ਉਹਦਾ ਮੁਲਕ ਨਹੀਂ ਹੁੰਦਾ, ਉਹਦੀ ਕੋਈ ਲੈਂਗੁਏਜ ਨਹੀਂ ਹੁੰਦੀ। ਇੱਕ ਅੱਛਾ ਸਪੋਰਟਸਮੈਨ ਅੱਛਾ ਸਪੋਰਟਸਮੈਨ ਅਗਰ ਉਹ ਕਿਸੇ ਮੁਲਕ ਦਾ ਵੀ ਹੋਵੇ, ਤੁਸੀਂ ਦਾਅ ਦਿੰਦੇ ਹੋ ਇਸ ਗੱਲ ਦੀ। ਅਤੇ ਇਸੇ ਤਰ੍ਹਾਂ ਇਹ ਪਲੇਅ ਹੈ ਜਿਹੜੀ ਇਸ ਪਲੇਅ ਦਾ ਮੈਸੇਜ ਹੈ ਕਿ ਸਪੋਰਟਸ ਜਿਹੜੀ ਹੈ ਉੱਥੇ ਆ ਕੇ ਹਰ ਮੁਲਕ ਨੂੰ ਮਿਲ ਜਾਣਾ ਚਾਹੀਦਾ, ਇੱਕ ਹੋ ਜਾਣਾ ਚਾਹੀਦਾ। ਕਿਉਂਕਿ ਸਪੋਰਟਸਮੈਨ ਦੇ ਲਈ ਜਿਵੇਂ ਕਿ ਜ਼ਰੂਰੀ ਹੁੰਦਾ ਕਿ ਹਾਂ ਉਹ ਹਰਦਮ ਜਿਹੜਾ ਉਹ ਆਪਣੇ ਉੱਤੇ ਕੰਮ ਕਰਦਾ ਰਹਿੰਦਾ, ਉਵੇਂ ਕਲਾਕਾਰ ਵੀ ਆਪਣੇ ਉੱਤੇ ਕੰਟੀਨਿਊਸਲੀ ਕੰਮ ਕਰਦਾ ਰਹਿੰਦਾ। ਅਤੇ ਤੁਹਾਡੀ ਦਿਨਚਰਿਆ ਜਿਹੜੀ ਕਹੀਏ ਡੇਲੀ ਰੂਟੀਨ ਜਿਹੜਾ ਉਹ ਕੀ ਰਹਿੰਦਾ ਤਾਂ ਕਿ ਉਹ ਐਕਸਰਸਾਈਜ਼ ਜਿਹੜੀ ਆਪਣੇ ਉੱਤੇ ਕਰਨ ਵਾਲੀ ਇੰਟਰਨਲ ਜਾਂ ਐਕਸਟਰਨਲ ਉਹ ਕੰਟੀਨਿਊ ਰਹੇ? ਇੱਕ ਤਾਂ ਫਿਜ਼ੀਕਲ ਐਕਸਰਸਾਈਜ਼ ਬੜੀ ਜ਼ਰੂਰੀ ਹੈ, ਕੁਛ ਨਾ ਕੁਛ, ਜਾਂ ਸਵਿਮਿੰਗ ਜਾਂ ਕੋਈ ਜਿਮ ਜਾਣਾ ਜਾਂ ਕਿਤੇ ਵਾਕ ਕਰਨਾ, ਇਹ ਬਹੁਤ ਜ਼ਰੂਰੀ ਹੈ ਤਾਂ ਕਿ ਇੱਕ ਐਕਟਿਵ ਰਹੇ, ਬੋਡੀ ਐਕਟਿਵ ਰਹੇ, ਮਾਇੰਡ ਐਕਟਿਵ ਰਹੇ। ਉਹਦੇ ਇਲਾਵਾ ਮੈਂ ਆਪਣੇ ਆਪ ਨੂੰ ਐਕਟਿਵ ਰੱਖਣ ਵਾਸਤੇ ਔਰ ਆਪਣੀ ਇੰਪਲਸ ਆਪਣੀ ਵਿਟਸ ਸ਼ਾਰਪ ਕਰਨ ਵਾਸਤੇ ਮੈਂ ਪੜ੍ਹਦਾ ਬਹੁਤ ਹਾਂ, ਮੈਂ ਫਿਲਮਾਂ ਬਹੁਤ ਦੇਖਣਾ, ਮੈਂ ਮਤਲਬ ਜੋ ਵੀ ਜਿੱਥੋਂ ਵੀ ਕੁਛ ਐਸੀ ਲੱਭੇ ਜਿੱਥੇ ਕਿ ਕੋਈ ਕ੍ਰੀਏਟਿਵ ਮੇਰੇ ਅੰਦਰ ਕੁਛ ਇੱਕ ਕੀਟਾਣੂ ਪੈਦਾ ਹੋ ਸਕਦਾ ਹੈ, ਮੈਂ ਉਹਦਾ ਮੌਕਾ ਛੱਡਦਾ ਨਹੀਂ ਕਦੇ। ਅਤੇ ਹਾਲ ਫਿਲਹਾਲ ਵਿੱਚ ਕੋਈ ਅਜਿਹੇ ਅਦਾਕਾਰ ਨੇ ਜਿਨ੍ਹਾਂ ਨੂੰ ਵੇਖ ਕੇ ਜਾਂ ਕੋਈ ਅਜਿਹੇ ਔਥਰ ਹੋਣ ਜਿਹਨਾਂ ਨੂੰ ਪੜ੍ਹ ਕੇ ਉਹ ਕ੍ਰੀਏਟਿਵ ਜਿਹੜਾ ਕੀੜਾ ਹੈ ਉਸਨੂੰ ਇੱਕ ਹਲੂਣਾ ਮਿਲਿਆ ਹੋਵੇ? ਹਾਂ, ਐਸੇ ਬਹੁਤ ਸਾਰੇ ਅੱਜ ਕੱਲ੍ਹ ਦੇ ਜਿਹੜੇ ਨੈੱਟਫਲਿਕਸ ਆ ਗਿਆ ਉਹਦੇ ਮੈਂ ਕਾਫੀ ਸਾਰੇ ਟੀ ਵੀ ਸ਼ੋਅ ਦੇਖੇ ਨੇ, ਬਹੁਤ ਅੱਛੇ ਅੱਛੇ ਕਲਾਕਾਰ ਨੇ, ਅੱਛੇ ਅੱਛੇ ਟੀ ਵੀ ਸੀਰੀਅਲ ਨੇ, ਅੱਛੇ ਅੱਛੇ ਫਿਲਮਾਂ ਹੈਗੀਆਂ। ਬਟ ਆਈ ਹੈਵ ਵਰਕਡ ਵਿਦ ਸਮ ਗ੍ਰੇਟ ਐਕਟਰਸ ਆਲਸੋ, ਮੈਂ ਸੰਜੀਵ ਕੁਮਾਰ ਨਾਲ ਕੰਮ ਕੀਤਾ ਹੈ, ਦਿਲੀਪ ਸਾਹਿਬ ਨਾਲ ਵੀ ਕੰਮ ਕੀਤਾ ਹੈ, ਬੱਚਨ ਸਾਹਿਬ ਨਾਲ ਵੀ ਕੰਮ ਕੀਤਾ ਹੈ, ਔਰ ਇਹ ਸਾਰੇ ਆਪਣੇ ਆਪ 'ਚ ਬੜੇ ਵੱਡੇ ਕਲਾਕਾਰ ਹੈਨ ਔਰ ਬੜਾ ਇੰਸਪਾਇਰ ਕੀਤਾ ਇਹਨਾਂ ਲੋਕਾਂ ਨੇ ਮੈਨੂੰ। ਜਿਹੜੀ ਮੇਰੀ ਬੈਸਟ ਇੰਸਪੀਰੇਸ਼ਨ ਹੈ ਉਹ ਹੈ ਚਾਰਲੀ ਚੈਪਲਿਨ, ਚੈਪਲਿਨ ਨੇ ਮੈਨੂੰ ਬਹੁਤ ਇੰਸਪਾਇਰ ਕੀਤਾ। ਸੰਜੀਵ ਸਾਹਿਬ ਦੀ ਇੱਕ ਗੱਲ ਮੈਨੂੰ ਯਾਦ ਆਈ, ਉਹ ਕਹਿੰਦੇ ਸੀ ਕਿ ਮੈਨੂੰ ਕਿਰਦਾਰ ਬਦਲਣ ਵਾਸਤੇ ਕੱਪੜੇ ਬਦਲਣ ਦੀ ਲੋੜ ਨਹੀਂ ਪੈਂਦੀ। ਉਹ ਅਜਿਹਾ ਹੁੰਦਾ ਕਿ ਕਈ ਵਾਰ ਕੁਝ ਐਕਟਰ ਕਹਿੰਦੇ ਨੇ ਕਿ ਮੈਂ ਪਰਟੀਕੁਲਰ ਕੋਸਟਿਊਮ ਜਿਹੜਾ ਹੈ ਜਾਂ ਪਰਟੀਕੁਲਰ ਸ਼ੂਜ਼ ਜਿਹੜੇ ਨੇ ਜਾਂ ਪਰਟੀਕੁਲਰ ਪਰਫਿਊਮ ਰੱਖਿਆ ਮੈਂ ਉਸ ਕਿਰਦਾਰ 'ਚ ਆ ਜਾਵਾਂਗਾ, ਅਜਿਹਾ ਹੁੰਦਾ?
ਮੈਂ ਇਸ ਗੱਲ ਨੂੰ ਘੱਟ ਹੀ ਬਿਲੀਵ ਕਰਨਾ, ਮੈਂ ਸੰਜੀਵ ਕੁਮਾਰ ਸਾਹਿਬ ਨਾਲ ਬਿਲਕੁਲ ਚੰਗੀ 100% ਸਹਿਮਤ ਹਾਂ, ਕਿਉਂਕਿ ਜਿਹੜੀ ਪ੍ਰਿਪਰੇਸ਼ਨ ਹੈ, ਜਿਹੜੀ ਗੱਲ ਹੈ ਅੰਦਰੂਨੀ ਹੈ, ਬਾਹਰ ਦੀਆਂ ਗੱਲਾਂ ਸਾਰੀਆਂ ਜਿਹੜੀਆਂ ਉਹ ਬਾਹਰ ਦੀਆਂ ਹੈਗੀਆਂ। ਅਗਰ ਤੁਸੀਂ ਅੰਦਰੋਂ ਕਿਸੇ ਚੀਜ਼ ਨੂੰ ਫੀਲ ਨਹੀਂ ਕਰ ਰਹੇ, ਤੁਸੀਂ ਉੱਪਰੋਂ ਜਿੰਨੇ ਮਰਜ਼ੀ ਕੱਪੜੇ ਪਾਈ ਜਾਓ, ਕੱਪੜੇ ਲਾਈ ਜਾਓ, ਪਰਫਿਊਮਾਂ ਲਗਾਈ ਜਾਓ, ਇਟ ਡਜ਼ਨਟ ਮੇਕ ਅ ਡਿਫਰੈਂਸ। ਤੁਹਾਨੂੰ ਕਿਰਦਾਰ ਨੂੰ, ਉਹਦੀ ਇਮੋਸ਼ਨ ਨੂੰ ਅੰਦਰੋਂ ਫੀਲ ਕਰਨਾ ਪੈਂਦਾ, ਜਿਹੜਾ ਸੰਜੀਵ ਕੁਮਾਰ ਕਰਦੇ ਸੀ। ਅਤੇ ਹੋਰ ਜਿਵੇਂ ਤੁਸੀਂ ਕਿਹਾ ਕਿ ਦਲੀਪ ਸਾਹਿਬ ਨਾਲ ਤੁਸੀਂ ਕੰਮ ਕੀਤਾ ਜਾਂ ਹੋਰ ਕਲਾਕਾਰਾਂ ਨਾਲ ਕੰਮ ਕੀਤਾ, ਹਰ ਕਿਸੇ ਕੋਲੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ, ਆਮ ਲੋਕਾਂ ਕੋਲੋਂ ਵੀ ਇਨਸਾਨ ਬੜਾ ਕੁਝ ਸਿੱਖਦਾ। ਕੋਈ ਅਜਿਹੇ ਕਲਾਕਾਰ ਹੋਣ ਜਾਂ ਅਜਿਹੀ ਸ਼ਖਸੀਅਤ ਹੋਣ ਜਿਨ੍ਹਾਂ ਕੋਲੋਂ ਤੁਹਾਨੂੰ ਅਜਿਹਾ ਕੋਈ ਮੈਸੇਜ ਜਿਹੜਾ ਤੁਸੀਂ ਆਪਣੇ ਤੱਕ ਵੀ ਰੱਖਿਆ ਅਤੇ ਅੱਗੇ ਵੀ ਪਹੁੰਚਾਉਂਦੇ? ਅਸੀਂ ਐਸੀ ਗੱਲ ਹੈ, ਦੇਖੀਏ, ਜਿੰਨੇ ਵੀ ਅਗਰ ਤੁਸੀਂ ਕਿਸੇ ਅੱਛੇ ਕਲਾਕਾਰ ਨਾਲ ਕੰਮ ਕਰੋ, ਤਾਂ ਤੁਸੀਂ ਆਪਣੀ ਓਬਜ਼ਰਵੇਸ਼ਨ ਨੂੰ ਓਪਨ ਤੁਹਾਨੂੰ ਰੱਖਣਾ ਚਾਹੀਦਾ ਹੈ, ਕਿਉਂਕਿ ਉਹ ਕੋਈ ਨਾ ਕੋਈ ਐਸੀ ਗੱਲ ਤਾਂ ਕਰੇਗਾ ਹੀ। ਇਹ ਗੱਲ ਨਹੀਂ ਕਰੇਗਾ, ਉਹਦਾ ਕੋਈ ਐਕਸ਼ਨ ਐਸਾ ਹੋਏਗਾ ਜਾਂ ਉਹਦਾ ਕੋਈ ਬਿਹੇਵੀਅਰ ਵਿੱਚ ਕੋਈ ਐਸੀ ਚੀਜ਼ ਹੋਏਗੀ ਕਿ ਜਿੱਥੇ ਉਹ ਦੱਸੇਗਾ ਕਿ ਦੇਖੋ ਮੈਂ ਇਸ ਵਾਸਤੇ ਵੱਡਾ ਕਲਾਕਾਰ ਹਾਂ, ਜਾਂ ਉਹਦਾ ਡਿਸਿਪਲਿਨ ਹੋਏਗਾ, ਜਾਂ ਉਹਦੀ ਕਮਿਟਮੈਂਟ ਹੋਏਗੀ ਆਪਣੇ ਕੰਮ ਦੇ ਨਾਲ, ਜਿਹੜੀ ਇਹ ਪ੍ਰੂਵ ਕਰੇਗੀ ਕਿ ਇਹ ਜਿਹੜਾ ਇਹ ਮਤਲਬ ਤੁਹਾਡੇ ਵਾਸਤੇ ਹੈਗੇ, ਤੁਹਾਡੇ ਉੱਪਰ ਡਿਪੈਂਡ ਕਰਦਾ ਕਿ ਤੁਸੀਂ ਕਿਹੜੀ ਚੀਜ਼ ਪਿਕਅਪ ਕਰਦੇ। ਕੀ ਰੀਜ਼ਨ ਹੈ ਤੁਹਾਨੂੰ ਲੱਗਦਾ ਕਿ ਕਾਮੇਡੀ ਦੇ ਵਿੱਚ ਹੁਣ ਜਿਹੜੀ ਸਿਚੁਏਸ਼ਨਲ ਕਾਮੇਡੀ ਸੀ ਜਾਂ ਸਿੰਪਲੀਸਿਟੀ ਸੀ ਕਾਮੇਡੀ ਦੇ ਵਿੱਚ, ਉਹ ਕਿਤੇ ਹੁਣ ਨਜ਼ਰ ਨਹੀਂ ਆਉਂਦੀ? ਹਰ ਕਿਸੇ ਨੂੰ ਲਾਊਡ ਹੋਣਾ ਪੈਂਦਾ ਆਪਣੇ ਆਪ ਨੂੰ, ਇੱਕ ਜਾਂ ਫਿਰ ਸਲੈਪਸਟਿਕ ਕਾਮੇਡੀ ਕਰਨੀ ਪੈਂਦੀ। ਜਿਹੜੀ ਖਰਾਬ ਚੀਜ਼ ਹੁੰਦੀ ਹੈ ਨਾ, ਉਹ ਹੌਲੀ ਹੌਲੀ ਆਪੇ ਖਤਮ ਹੋ ਜਾਂਦੀ ਹੈ, ਆਪੇ ਉਹਦੀ ਡੈਥ ਹੋ ਜਾਂਦੀ ਹੈ, ਆਪੇ ਉਹ ਛੱਡ ਜਾਂਦੀ ਹੈ। ਮੈਂ ਬਿਲੀਵ ਕਰਨਾ, ਅੱਛੀ ਚੀਜ਼ ਹਮੇਸ਼ਾ ਬਹੁਤ ਦੇਰ ਵਾਸਤੇ ਸਰਵਾਈਵ ਕਰਦੀ। ਹੁਣ ਇੱਕ ਬੱਚਾ ਮੈਨੂੰ ਮਿਲਿਆ, ਹੀ ਮਸਟ ਬੀ ਅਰਾਊਂਡ ਮੇ ਬੀ 10-12 ਸਾਲ ਦਾ ਬੱਚਾ ਸੀ, ਜਿਹੜਾ ਕਹਿੰਦਾ ਕਿ ਮੈਂ ਤੁਹਾਡਾ ਸ਼੍ਰੀਮਾਨ ਸ਼੍ਰੀਮਤੀ ਸੀਰੀਅਲ ਜਿਹੜਾ ਮੈਂ ਅੱਜ ਤੋਂ 25 ਸਾਲ ਪਹਿਲੇ ਕੀਤਾ ਸੀ, ਉਹ ਰੋਜ਼ ਦੇਖਣਾ, ਰੋਜ਼ ਮਤਲਬ ਹਰ ਰੋਜ਼ ਦੇਖਣਾ, ਲੰਚ ਮੈਂ ਉਹਦੇ ਬਗੈਰ ਕਰਦਾ ਹੀ ਨਹੀਂ। ਤਾਂ ਦੈਟ ਓਨਲੀ ਪਰੂਵਸ ਇਫ ਯੂ ਸਮਥਿੰਗ ਡੂ ਸਮਥਿੰਗ ਗੁੱਡ, ਇਟ ਇਜ਼ ਫੋਰ ਪੋਸਟੈਰਿਟੀ, ਹਮੇਸ਼ਾ ਵਾਸਤੇ ਹੁੰਦੀ ਹੈ। ਤੁਸੀਂ ਨਾਟਕ ਵੀ ਲਿਖਿਆ, ਮੇਰਾ ਉਹ ਮਤਲਬ ਨਹੀਂ ਤਾ, ਵੇਖਿਆ ਵੀ ਲੋਕਾਂ ਨੇ ਸਰਾਇਆ ਵੀ, ਜ਼ਿੰਦਗੀ ਦੇ ਵਿੱਚ ਅਜਿਹਾ ਕਦੀ ਮੌਕਾ ਆਇਆ ਕਿ ਕਿਸੇ ਨੂੰ ਕਿਹਾ ਹੋਏ ਮੇਰਾ ਉਹ ਮਤਲਬ ਨਹੀਂ ਤਾ? ਮੇਰਾ ਖਿਆਲ ਆ ਆਦਮੀ ਬਾਰ ਬਾਰ ਕਹਿੰਦਾ, ਖਾਸ ਤੌਰ ਆਦਮੀ ਜਨਾਨੀਆਂ ਦੇ ਮਤਲਬ ਕੰਟੈਕਸ ਵਿੱਚ ਬਾਰ ਬਾਰ ਕਹਿੰਦਾ, ਯਾਰ ਆਈ ਲਵ ਯੂ, ਬਟ ਮੈਂ ਤੈਨੂੰ ਹਰਟ ਨਹੀਂ ਕੀਤਾ, ਮੇਰਾ ਉਹ ਮਤਲਬ ਨਹੀਂ ਤਾ, ਮਤਲਬ ਮੈਂ ਕਿਹਾ ਤਾਂ ਹੈ ਲੇਕਿਨ ਮੇਰਾ ਉਹ ਮਤਲਬ ਨਹੀਂ ਤਾ। ਔਰ ਜਨਾਨੀਆਂ ਵੀ ਕਹਿੰਦੀਆਂ, ਜਿਹਨੂੰ ਕਹਿੰਦੇ ਨਾ ਜਨਾਨੀਆਂ ਬਿਚਿੰਗ ਕਰਦੀਆਂ ਇੱਕ ਦੂਸਰੇ ਦੀਆਂ, ਫਿਰ ਉਹਨੂੰ ਮਿਲ ਜਾਂਦੀ ਜੋ ਸਾਹਮਣੇ ਕਹਿੰਦੀ, ਫਿਰ ਉਹ ਪੁੱਛਦੀ ਹੈ ਕਿ ਤੂੰ ਮੈਨੂੰ ਮੇਰੇ ਬਾਰੇ 'ਚ ਇਹ ਕਿਹਾ ਸੀ ਉਹਨੂੰ, ਨਹੀਂ ਮੈਂ ਕਿਹਾ ਸੀ ਲੇਕਿਨ ਮੇਰਾ ਉਹ ਮਤਲਬ ਨਹੀਂ ਸੀ। ਫਿਲਹਾਲ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਤੁਹਾਡਾ ਜਿਹੜਾ ਲਾਸਟ ਓਵਰ ਹੈ ਜੀ, ਉਹ ਓਵਰ ਨਾ ਹੋਵੇ, ਮਤਲਬ ਉਹ ਐਵਰੀ ਓਵਰ ਜਿਹੜਾ ਉਹ ਇਸੇ ਤਰ੍ਹਾਂ ਚੱਲਦਾ ਰਹੇ। ਐਂਡ ਥੈਂਕ ਯੂ ਵੈਰੀ ਮਚ। ਠੀਕ ਹੈ, ਇੱਕ ਮਿੰਟ 20 ਸੈਕਿੰਡ ਬਾਕੀ ਤਾਂ ਲਾਹੌਰ ਆ।